रोड दो पैर मार के शुक्रादरी ने कैमरा ऑन कर लिया ਪ੍ਰਾਪਰਟੀਆਂ ਦੇਖਦੇ ਫਿਰ ਰਹੇ ਉਰੇ ਮੈਂ ਕਿਹਾ ਬਾਲੇ ਪੈਸੇ ਇਕੱਠੇ ਹੋਏ ਨੇ ਥੋੜੇ ਬਹੁਤ ਇਨਵੈਸਟ ਕਰਦੀ ਕਿਤੇ ਕਿਤੇ ਲਾ ਲੂ ਦਈਏ ਨਹੀਂ ਤਾਂ ਇਹੀ ਡਾ ਦੇਣੇ ਕਹਿੰਦੇ ਮੈਂ ਤਾਂ ਮਜ਼ਾਕ ਕਰ ਰਿਹਾ ਉਹੀ ਨਹੀਂ ਹੈ ਕੋਈ ਪੈਸੇ ਇਕੱਠੇ ਨਹੀਂ ਹੋਏ ਅੱਜ ਫਿਰ ਅਸੀਂ ਮਿਸ਼ਨ ਤੇ ਨਿਕਲੇ ਹੋਏ ਆ ਪਿੰਦਰ ਬਾਈ ਹੋਰੀ ਪਿੱਛੇ ਆ ਰਹੇ ਨੇ ਉਹ ਪਹੁੰਚ ਗਏ ਹੋਏ ਨੇ ਮਨ ਲਾਦਾ ਬਸ 15-20 ਮਿੰਟ ਵਿੱਚ ਜੁਆਇਨ ਕਰਨ ਵਾਲੇ ਨੇ ਸਾਨੂੰ ਤੇ ਉਹਨੇ ਟਾਈਮ 'ਚ ਮੈਂ ਕਿਹਾ ਚਲੋ ਵਲੌਗ ਸ਼ੁਰੂ ਕਰ ਲਈਏ ਅਤੇ ਅੱਜ ਵਾਲਾ ਵਲੌਗ ਨਾ ਮੈਂ ਸੋਚਿਆ ਇਹਨੂੰ ਕੁਇੱਕ ਵਲੌਗ ਬਣਾਊਂਗਾ ਜੇ ਘੱਟ ਤੋਂ ਘੱਟ ਘੱਟ 1 ਗੋ 'ਚ ਵਲੌਗ ਬਣਾਉਣਾ ਅੱਜ ਵਾਲਾ ਆਪਾਂ ਅਤੇ ਅੱਜ ਤੁਹਾਨੂੰ ਨਾਲੇ ਦੱਸਦੇ ਹਾਂ ਵਲੌਗ ਦੀ ਨਾ ਇੱਕ ਸੀਕਰੇਟ ਰੈਸਪੀ ਕੋਈ ਵੀ ਨਵਾਂ ਬੰਦਾ ਵਲੌਗਿੰਗ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਨੂੰ ਇੱਕ ਐਡੀ ਖਤਰਨਾਕ ਰੈਸਪੀ ਦੱਸਦਾ ਨਾ ਇੱਕ ਸੀਕਰੇਟ ਇਨਗਰੀਡੀਐਂਟ ਸੋਰੀ ਇੱਕ ਇਨਗਰੀਡੀਐਂਟ ਦੱਸਦਾ ਜਿਹਦੇ ਨਾਲ ਤੁਹਾਡੀ ਵਲੌਗਿੰਗ ਸਿਰੇ ਲੈਵਲ 'ਤੇ ਪਹੁੰਚ ਜੂਗੀ ਅਤੇ ਉਹ ਹੁਣੇ ਫਿਰ ਇੰਨੀ ਛੇਤੀ ਇੰਨੀ ਘੈਂਟ ਗੱਲ ਇੰਨੀ ਕੰਮ ਦੀ ਚੀਜ਼ ਤੁਹਾਨੂੰ ਇੱਕਦਮ ਕਿਵੇਂ ਦੱਸ ਦਈਏ ਉਹਦੇ ਲਈ ਥੋੜ੍ਹਾ ਜਿਹਾ ਸਬਰ ਰੱਖੋ ਅੱਗੇ ਜਾ ਕੇ ਦੱਸਾਂਗੇ ਫਿਲਹਾਲ ਦੇਖ ਲਓ ਇੱਥੇ ਆਲੇ ਦੁਆਲੇ ਕੀ ਹੋ ਗਿਆ ਲਾ ਲਾ ਤੂੰ ਤੁਸੀਂ ਤੁਹਾਨੂੰ ਸਾਰੇ ਲਾਉਣੇ ਇੱਕ ਜਾਂ ਲਾਣੀ ਆ ਇੱਕ ਸੈਕਿੰਡ ਰੁਕ ਤੂੰ ਇੱਕ ਸੈਕਿੰਡ ਪੂਰੇ ਤੱਕ ਸੈਕਟਰੀ ਸੈਕਟਰ ਹੋਇਆ ਪੈਣਾ ਨਾ ਕਿੱਥੇ ਤੱਕ ਆ ਗਿਆ 78 ਸੈਕਟਰ ਹੈ ਦੇਖੋ ਹਾਂ 78 79 ਸੈਕਟਰ ਉਹ ਇੱਧਰ ਅੱਛਾ ਇੱਧਰੋਂ ਵੀ ਰਾਹ ਅੱਛਾ ਇੱਥੋਂ ਵੀ ਸੜਕ ਕੱਢਤੀ ਹੋਣੀ ਉਹਦੀ ਕੱਢਤੀ ਉਹ ਤਾਂ 78 ਤਾਂ ਕਿੱਥੇ ਜਾ ਕੇ ਉਹਦਾ ਦੱਸਿਆ ਇੱਥੋਂ ਰਸਤਾ ਹੋਊਗਾ ਨਾ ਸਿੱਧਾ ਇਹ ਸੜਕ ਮੈਂ ਪਹਿਲੀ ਵਾਰ ਦੇਖੀ ਹੈ ਨਵੀਂ ਗੱਡੀ ਲੱਗਦੀ ਇਹਨਾਂ ਨੇ ਪੁੱਛਾਂ ਉਹਨਾਂ ਤੋਂ ਫੋਨ ਕਰਕੇ ਚੱਲ ਇੱਕ ਕੱਟ ਪਾ ਦਿੰਦੇ ਥੋੜਾ ਜਿਹਾ ਉਹਨਾਂ ਤੋਂ ਪੁੱਛ ਲਈਏ ਕਿੱਥੇ ਗਾ ਗਏ ਫਿਰ ਕਰਦੇ ਗੱਡੀ ਸ਼ੁਕਰਾਦਰੀ ਨੇ ਕੈਮਰਾ ਆਨ ਕਰ ਲਿਆ ਹੁਣ ਮੇਰਾ ਬਸ ਇੱਕ ਕੱਟ ਜੇ ਬਣਵਾ ਦੋ ਸਾਰਾ ਬਸ ਮੈਨੂੰ ਹੁਣ ਮਿਹਨਤ ਨਾ ਕਰਨੀ ਹੋਵੇ ਬਾਅਦ ਚੋਂ ਡਿਟੇ ਕਰਨ ਤੇ ਸਾਰਾ ਧਿਆਨ ਲੱਭਣ ਚ ਹੈ ਪੂਰਾ ਫੋਕਸ रेंट ते रहे पर मन बन गया भी खरीद ही लैने हां ही साडा किश्तां निकल जाणगियां अपना अपनी जगह हो जूगी है ना सही सलाह दित्ती मैं तुहानूं कर दी चाबी चल आ सियाणी गल कर सोचते दूर ਮੈਂ ਕਹਾਂ ਤਾਂ ਬਹੁਤ ਦੂਰ ਪੈ ਜਾਣਾ ਆਪਾਂ ਨੂੰ ਐ ਮੈਂ ਉਧਰ ਨਹੀਂ ਜਾਣਾ ਵੈਸੇ ਵੀ ਆਪਾਂ 12 ਵਜੇ ਤੁਸੀਂ ਕਿੰਨੇ ਪਹੁੰਚ ਗਏ ਉੱਥੇ ਤਾਂ 12 ਵਜੇ ਪਹੁੰਚ ਗਏ ਮਤਲਬ ਤੁਸੀਂ ਹਾਂ ਹਾਂ 4 ਵਜੇ ਤੱਕ ਫਾਈਨਲ ਹੋਇਆ ਹੈਨਾ ਬਹੁਤ ਟਾਈਮ ਬਹੁਤ ਟਾਈਮ ਲੱਗ ਗਿਆ ਖਾਣੇ ਨੰਨੇ ਮੁੰਨੇ ਕਿਤੇ ਦਾ ਲਾਂਜੜੇ ਮੋਰੇ ਜਵਾਕਾਂ ਦਾ ਚੱਲ ਰੋਟੀ ਚੱਲ ਰਹੀ ਹੈ ਤੁਹਾਡੀ ਤਾਂ ਇੱਧਰ ਚੱਲੀਏ ਫਿਰ ਹੁਣ ਕੁਝ ਖਾਈਏ ਪੀਏ ਹਾਂ ਹੁਣ ਬਾਹਰ ਚੱਲਦੇ ਹਾਂ ਉਰੇ ਨਾਲ ਹੀ ਆ ਉਰੇ ਹਾਂ ਸੱਚ ਲੈਟ ਕਿਹੜਾ ਬਣਦਾ ਹੁਣ ਤਾਂ ਬਣਦਾ ਆ ਜਾ ਪਸੀਨਾ ਦੇਖੋ ਪਸੀਨੇ ਦੇ ਹਾਲਾਤ ਗਰਮੋ ਗਰਮੀ ਹੋ ਗਏ ਇੰਨੇ ਚਿਰ ਦੇ ਲੱਗੇ ਹੋਏ ਆ ਵਲੌਗ ਵਲੂਗ ਦਾ ਬਣਾਉਣਾ ਯਾਦ ਹੀ ਨਹੀਂ ਸੀਗਾ ਪਤਾ ਨਹੀਂ ਕਿੰਨੀ ਫਲੈਟ ਦੇਖੇ ਬੜੇ ਚਿਰ 'ਚ ਅਤੇ ਹੁਣ
ਹੁਣ ਜਾ ਕੇ ਵਿਹਲੇ ਹੋਏ ਆ ਤਿੰਨ ਤਿੰਨ ਚਾਰ ਘੰਟਿਆਂ ਤੋਂ ਲਗਾਤਾਰ ਉਹ ਫਲੈਟ ਇਹ ਫਲੈਟ ਉਹ ਫਲੈਟ ਕਿੰਨੇ ਫਲੈਟ ਦੇਖ ਲਏ ਚਲੋ ਆ ਜਾਵੇ ਲਿਫਟ ਹੁਣ ਥੱਲੇ ਕਿਸੇ 'ਚ ਇੱਕ ਇੱਕ ਉਹ ਪਹਿਲਾਂ ਪਸੰਦ ਆਇਆ ਸੀ ਉੱਥੇ ਇੱਕ ਪ੍ਰੋਬਲਮ ਸੀ ਉੱਥੇ ਲਿਫਟ ਹੈ ਨਹੀਂ ਸੀ ਇੱਕ ਹੋਰ ਸੀ ਉਹ 'ਚ ਵਿੱਚ ਏ ਸੀ ਵਗੈਰਾ ਨਹੀਂ ਸੀ ਅਤੇ ਐਂ ਬਸ ਇਹਨਾਂ ਮਾੜੀ ਮਾੜੀਆਂ ਗੱਲਾਂ ਪਿੱਛੇ ਹੋਈ ਜਾਂਦਾ ਸੀਗਾ ਕਿਤੇ ਜਵਾਕਾਂ ਲਈ ਖੇਡਣ ਲਈ ਪ੍ਰੋਪਰ ਪਾਕ ਨਹੀਂ ਸੀਗਾ ਇੱਥੇ ਸਾਰਾ ਕੁਛ ਕੰਪਲੀਟ ਮਿਲ ਗਿਆ ਆਪਾਂ ਨੂੰ ਅਤੇ ਐਨ ਟਿਕਾਣੇ 'ਤੇ ਆ ਜਾਓ ਕੈਮਰਾ ਫਿੱਟ बंद नी होनी यार अच्छा अच्छा वेट करके चक्कर उतना नहीं पै रहा ओहो चल असि पौड़िया तो जाने नहीं नहीं लग गई चलो देखते पहला केड़ा वा चाबियां कितने थोड़े को खोलो रोड दो पैर मार के चल आ पैसे दी हुण पार्टी दे दियो ज़ोमैटो आया चलो हले अंदर पूरा सैटअप होना है जदों सारा कुछ कंप्लीट हो गया फिर तुहानू इहदा दिखावांगे सारा सिस्टम हले तां खाली है सारा कुछ मशीन तो लियानी पैनी कहते चाचे इना टाइम अंदर लाता कर लाता लगे होया कोई नी नाले चोर ने चकना की है मैंने ऐ दसो चलो ठीक है हैं उचिया फ्लैट आना चुप बहुत हाइट सी व्यू तो सोहना सी सारा मोहाली दिखता मारी गए कोई महसूस भी नहीं होया हुण पसीना देख के फील हो रहा है चको जी 777 मैनू अजकल हर थां नंबर दे दा हर थां जजमेंट पूरी आंटी ਉਹੀ ਵਾਹ ਚਿੱਟੇ ਕਰੇ ਮੈਂ ਜਿਹੜੇ ਹੁਣ ਮੇਰੇ ਚਿੱਟੇ ਆਏ ਆ ਉਹੀ ਨਹੀਂ ਆ ਰਹੇ ਚਿੱਟੇ ਦਿਖਦੇ ਨੇ ਧਿਆਨ ਨਾਲ ਦੇਖ ਚੱਲ ਇਹ ਤਾਂ ਹੋਣੀ ਨੇ ਭਾਈ ਇੱਧਰ ਦੀ ਆਏ ਸੀ ਨਾ ਆਪਾਂ ਲੇਕ ਵੀ ਇਹ ਨਾਲ ਲੇਕ ਵਿਊ मेन गल तो सच भुले गए थे जिद ब्लॉग शुरू कराया सीक्रेट इनग्रीडियंट मेन यार सब तो इंपॉर्टेंट गल ब्लॉगिंग ना बड़े पुछते रहते हैं ब्लॉगिंग शुरू करनी है किमें करिए करिए
कुछ भी मैटर नहीं करता, कोई इक्विपमेंट मैटर नहीं करता, कोई खास एडिटिंग स्किल्स मैटर नहीं करदियाँ, सब तो ज़्यादा जिहड़ी गल मैटर करदी ना थोड़ी एनर्जी मैटर करदी है, थोड़ी वाइब। ओहो गुण से हाँ हो गया, चल दे दो मिनट दे मैनू, बंद करी फटाफट। सब तो ज़्यादा जी इंपॉर्टेंट गल हुई थोड़ी वाइब, जी थोड़ी वाइब्रेशन जिदा तुम उदो फील कर रहे हो, तुम गुड फील कर रहे हो, जिदा की थोड़ी वाइब होगी ना, अपन वाइब की फुल फॉर्म वाइब्रेशन होंगे पता ही हो सारा, तो वो अपन वाइब्रेशन ट्रैवल कर दी किसी की। आप वीडियो देखते हैं उन्होंने देख के कहने कुछ भी नहीं है यार, लोग इन्हों की वीडियो क्यों देख रहे हैं, व्यू क्यों जा रहे हैं, तो वो उन्हों की वाइब होंगी है यार, उन्होंने देख के ना जी एनर्जी वो छड़ रहे हैं। और मेन बेसिक एनर्जी की गल है, जो थोड़ी गुड एनर्जी तुम वीडियो बना रहे हो, थोड़ी पूरी वाइब आ रही है थोड़ा वीडियो बनाते हुए, तो वो भीडियो हमेशा थोड़ी वधी होगी। ज़्यादा मेन जू आप जनू आप मज़ा नहीं आ रहा, थोड़ा आपू बनाते हुए फील नहीं आ रही, तुम गुड फील नहीं कर रहे, तो वह भीडियो नहीं चलती। तो मेन तो यह है भी तुम आपका कोई भी काम कर रहे हो, चाहे कंटेंट मेकिंग वाला काम है या कोई भी काम है, जब थोड़ी उस पूरी वाइब होगी, थोड़ी पूरी उस एनर्जी होगी ना, वो काम थोड़ा चलता। बस आह सीक्रेट इनग्रीडियंट है हर काम का। तो चलो अही नोट न कर दे अज की वीडियो एंड, तो मिलने हम थोड़ा कल। ओके फिर बाय, होप थोड़ा अज की वीडियो वधिया लगी होगी।